ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਕਬਲਜੀਤ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਜਿਸਾ ਕਿ ਤੁਸੀਂ ਜਾਣਦੇ ਹੋ ਕਿ ਜਾਗਰੂਕ ਦੇ ਤਹਿਤ ਅਸੀਂ ਹਮੇਸ਼ਾ ਸ਼ਹਿਰ ਦੇ ਕਿਸੇ ਨਾ ਕਿਸੇ ਪ੍ਰਮੁੱਖ ਡਾਕਟਰ ਸਾਹਿਬ ਨੂੰ ਲੈ ਕੇ ਤੁਹਾਡੇ ਨਾਲ ਵਿੱਚ ਹਾਜ਼ਰ ਹੁੰਨੇ ਆ ਜਿਨ੍ਹਾਂ ਨਾਲ ਅਸੀਂ ਗੱਲ ਕਰਵਾ ਕੇ ਤੁਹਾਡੀਆਂ ਸਮੱਸਿਆਵਾਂ ਦਾ ਸਮਾਧਾਨ ਕਰਵਾਉਣ 'ਚ ਹੈਲਪ ਕਰਦੇ ਆ ਉਸੇ ਜਾਗਰੂਕ ਦੀ ਕੜੀ ਦੇ ਤਹਿਤ ਅੱਜ ਅਸੀਂ ਸ਼ਹਿਰ ਦੇ ਪ੍ਰਮੁੱਖ ਨਿਊਰੋਫਿਜ਼ੀਸ਼ੀਅਨ ਡਾਕਟਰ ਦਿਨੇਸ਼ ਕੁਮਾਰ ਜੀ ਨੂੰ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਏ ਆ ਜੋ ਕਿ ਸ਼ਹਿਰ ਦੇ ਕੁਝ ਇੱਕ ਚੰਦ ਜਿਹੜੇ ਡਾਕਟਰਸ ਨੇ ਜਿਨ੍ਹਾਂ ਕੋਲ ਡੀਐਮ ਦੀ ਡਿਗਰੀ ਹੈ ਉਹਨਾਂ ਵਿੱਚੋਂ ਇੱਕ ਨੇ ਤੇ ਆ ਡਾਕਟਰ ਸਾਹਿਬ ਨਾਲ ਤੁਹਾਡੇ ਬਾਰੇ ਤੁਹਾਡੇ ਨਾਲ ਗੱਲ ਕਰਵਾਨੇ ਆ ਤੇ ਦੇਖਦੇ ਆ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਨੇ ਇਸ ਬਾਰੇ ਉਹ ਡਾਕਟਰ ਸਾਹਿਬ ਨਾਲ ਮੁਲਾਕਾਤ ਕਰਵਾਨੇ ਆ ਪਲੀਜ਼ ਡਾਕਟਰ ਸਾਹਿਬ ਤੁਸੀਂ ਆਪਣੇ ਬਾਰੇ ਕੁਝ ਦਸੋਗੇ ਨਮਸਕਾਰ ਜੀ ਮੈਂ ਡਾਕਟਰ ਦਿਨੇਸ਼ ਕੁਮਾਰ ਨਿਊਰੋਫਿਜ਼ੀਸ਼ੀਅਨ ਅੰਮ੍ਰਿਤਸਰ ਐਮਬੀਬੀਐਸ ਐਮਡੀ ਮੈਡੀਸਨ ਡੀਐਮ ਨਿਊਰੋਲੋਜਿਸਟ ਹਾਂ ਪਬਲਿਕ ਦਿਲਾਸਸ ਸੁਣਨ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਨਮਸਕਾਰ ਤੇ ਮੈਂ ਮੈਡਮ ਦੇ ਕੁਐਸਚਨਸ ਨੂੰ ਪਲਾਨ ਲੀ ਆਦਰਮ ਥੈਂਕ ਯੂ ਸੋ ਮਾਈ ਡਾਕਟਰ ਸਾਹਿਬ ਤੁਸੀਂ ਆਪਣੀ ਜਾਣਕਾਰੀ ਜਿਹੜੀ ਹੈ ਉਹ ਦਰਸ਼ਕਾਂ ਨੂੰ ਦਿੱਤੀ ਡਾਕਟਰ ਸਾਹਿਬ ਮੈਂ ਸਭ ਤੋਂ ਪਹਿਲੇ ਤੋਂ ਇੱਕ ਸਵਾਲ ਹੈ ਜਾਨਣਾ ਚਾਹਾਂਗੀ ਕਿ ਅੱਜ ਕੱਲ ਹੈਡੈਕ ਜਿਹੜੀ ਹੈ ਉਹ ਬਹੁਤ ਜ਼ਿਆਦਾ ਇਹਨਾਂ ਦਿਨਾਂ ਚ ਲੋਕ ਮਹਿਸੂਸ ਕਰਦੇ ਨੇ ਜਿਸ ਕਿਸੇ ਵੀ ਇਨਸਾਨ ਨਾਲ ਗੱਲ ਕਰੋ ਕਹਿ ਰਿਹਾ ਮੇਰੀ ਹੈਡੈਕ ਹੈ ਹੈਡੈਕ ਹੈ ਤੁਸੀਂ ਥੋੜਾ ਜਿਹਾ ਦਰਸ਼ਕਾਂ ਨੂੰ ਦੱਸੋਗੇ ਕਿ ਹੈਡੈਕ ਕਿਉਂ ਹੁੰਦੀ ਹੈ ਕੀ ਕੀ ਕਾਰਨ ਨੇ ਤੇ ਕੀ ਕੀ ਟ੍ਰੀਟਮੈਂਟ ਹੈ ਔਰ ਕਿੰਨੀ ਕਿਸਮਾਂ ਦੀ ਹੁੰਦੀ ਹੈ ਡੈਫੀਨਿਟਲੀ ਹੈਡੈਕ ਇਜ਼ ਅ ਵੈਰੀ ਕਾਮਨ ਡਿਸਆਰਡ ਬਹੁਤ ਕਾਮਨ ਡਿਸਆਰਡਰ ਹੈ ਅੱਜ ਦੀ ਸਟ੍ਰੈਸਫੁੱਲ ਲਾਈਫ ਦੇ ਵਿੱਚ ਹੈਡੈਕ ਬਹੁਤ ਪ੍ਰੀਵਲੈਂਟ ਹੈ ਡਿਫਰੈਂਟ ਟਾਈਪਸ ਦਾ ਹੈਡੈਕ ਹੁੰਦਾ ਹੈ ਜਿਨ੍ਹਾਂ ਚੋਂ ਮੋਸਟ ਕਾਮਨ ਹੈਡੈਕ ਜਿਹੜਾ ਦੇਖਣ ਨੂੰ ਮਿਲਦਾ ਹੈ ਉਹ ਹੈ ਮਾਈਗਰੇਨ ਇਨ ਲੋਕੀ ਅੱਧਾ ਸਰਦਰਦ ਸਾਡੀ ਲੈਂਗੁਏਜ ਪੰਜਾਬੀ ਲੈਂਗੁਏਜ ਅੱਧਾ ਸਰਦਰਦ ਜ਼ਿਆਦਾ ਕਹਿੰਦੇ ਨੇ ਬਟ ਇੱਕ ਮਿਸਕਨਸੈਪਸ਼ਨ ਹੈ ਜ਼ਰੂਰੀ ਨਹੀਂ ਹੈ ਕਿ ਮਾਈਗਰੇਨ ਇੱਕੋ ਸਾਈਡ ਦਰਦ ਹੋਵੇ ਹੈਮਿਕਰੇਨਿਅਲ ਜਿਹਨੂੰ ਅਸੀਂ ਕਹਿੰਦੇ ਆ ਮਾਈਗਰੇਨ ਇੱਕ ਸਾਈਡ ਤੋਂ ਸ਼ੁਰੂ ਹੋ ਕੇ ਇਹ ਪੂਰੇ ਸਿਰ ਨੂੰ ਵੀ ਫਟ ਸਕਦਾ ਹੈ ਐਂਕਈ ਵਾਰ ਬੈਕ ਸਾਈਡ ਜਿਹਨੂੰ ਆਪਾਂ ਆਕਸੀਪਿਟਲ ਰੀਜਨ ਕਹਿੰਦੇ ਆ ਉਹਨੂੰ ਇਨਵੋਲਵ ਕਰਕੇ ਫਿਰ ਪੂਰੇ ਹੈਡ ਤੱਕ ਗਿਆ ਜਾਂਦਾ ਮਤਲਬ ਪਿੱਛੋਂ ਸ਼ੁਰੂ ਹੋ ਕੇ ਅੱਗੇ ਵੱਨਿਆ ਜਾਂਦਾ ਸੋ ਇੱਕ ਮਿਸਕਨਸੈਪਸ਼ਨ ਹੈ ਕਿ ਜ਼ਰੂਰੀ ਨਹੀਂ ਹੈ ਕਿ ਹੈਮਿਕਰੇਨਿਅਲ ਹੋਵੇ ਡੈਫੀਨਿਟਲੀ ਇਹ ਹੈਮਿਕਰੇਨਿਅਲ ਸਾਈਡ ਲੌ ਇਕ ਜਿਹਨੂੰ ਕਹਿੰਦੇ ਆ ਉਹ ਹੁੰਦਾ ਹੈ ਇਹਦੀ ਡਿਊਰੇਸ਼ਨ 4 ਘੰਟੇ ਤੋਂ ਸ਼ੁਰੂ ਹੋ ਕੇ 72 ਘੰਟੇ ਤੱਕ ਜਾ ਸਕਦੀ ਹੈ 72 ਆਵਰਸ ਤੱਕ ਜਾ ਸਕਦਾ ਹੈ ਅਗਰ ਪੇਸ਼ੈਂਟ ਨੂੰ 72 ਆਵਰਸ ਤੱਕ ਟ੍ਰੀਟਮੈਂਟ ਨਹੀਂ ਮਿਲਦਾ ਹੀ ਲੈਂਡ ਅਪ ਇਨ ਵੋਮਿਟਿੰਗ ਉਹਨੂੰ ਲਗਾਤਾਰ ਵੋਮਿਟਿੰਗ ਆਣ ਗਿਆ ਨੌਜ਼ੀਆ ਹੋਏਗਾ ਸੋ ਅਲਟੀਮੇਟਲੀ ਉਹਨੂੰ ਚੱਕਰ ਆਣਗੇ ਉਹ ਹਸਪੀਟਲ ਲੈਂਡ ਕਰ ਜਾਂਦਾ ਹੈ ਡੀਹਾਈਡਰੇਸ਼ਨ ਹੋ ਜਾਂਦੀ ਹੈ ਪੇਸ਼ੈਂਟ ਦਾ ਬੀਪੀ ਫਾਲ ਕਰ ਜਾਂਦਾ ਹੈ ਐਂਡ ਅਲਟੀਮੇਟਲੀ ਉਹਨੂੰ ਟ੍ਰੀਟਮੈਂਟ ਲੈਣ ਦੀ ਅਵਸ਼ਕਤਾ ਬਹੁਤ ਜ਼ਰੂਰੀ ਪੈ ਜਾਂਦੀ ਹੈ ਉਸੇ ਟਾਈਮ ਫਿਰ ਆਈਵੀ ਡ੍ਰਿਪਸ ਨਾਲ ਉਹਦਾ ਇਲਾਜ ਹੁੰਦਾ ਹੈ ਅਗ ਸਿਰ ਦਰਦ ਦੇ ਨਾਲ ਵੋਮਟਿੰਗ ਆਨੁਮਨ ਕਰਨਾ ਠੀਕ ਹੈ ਜਿਸ ਤਰ੍ਹਾਂ ਲਾਈਟ ਨੂੰ ਵੇਖ ਕੇ ਘਬਰਾਪਣਾ ਆਵਾਜ਼ਾਂ ਸੁਣਨ ਤੋਂ ਅੱਛੀਆਂ ਨਹੀਂ ਲੱਗਣੀਆਂ ਇਹ ਸਾਰੇ ਮਾਈਗਰੇਨ ਦੇ ਪ੍ਰਮੁੱਖ ਸਿੰਪਟਮ ਨੇ ਜਿਹੜੇ ਕਿ ਫੀਮੇਲਸ ਚ ਕਾਮਨ ਦੇਖਣ ਨੂੰ ਮਿਲਦੇ ਨੇ ਮੋਰ ਕਾਮਨ ਇਨ ਫੀਮੇਲਸ ਮੇਲਸ ਤੋਂ ਜ਼ਿਆਦਾ ਉਸੇ ਤਰ੍ਹਾਂ ਇਸ ਮਾਈਗਰੇਨ ਨਾਲ ਇੱਕ ਰਿਲੇਟਿਡ ਹੈਡੈਕ ਹੁੰਦਾ ਜਿਹਨੂੰ ਅਸੀਂ ਕਹਿੰਦੇ ਆ ਕਲਸਟਰ ਹੈਡੈਕ ਇਹ ਵੀ ਇੱਕ ਤਰ੍ਹਾਂ ਦਾ ਪ੍ਰਾਇਮਰੀ ਹੈਡੈਕ ਹੈ ਦੋ ਤਰ੍ਹਾਂ ਦੇ ਮੇਨ ਹੈਡੈਕ ਹੁੰਦੇ ਪ੍ਰਾਇਮਰੀ ਸੈਕੰਡਰੀ ਜਿਨ੍ਹਾਂ ਚ ਮਾਈਗਰੇਨ ਤੇ ਕਲਸਟਰ ਹੈਡੈਕ ਨੂੰ ਅਪਰ ਕਲਾਸੀਫਾਈ ਕਰਦੇ ਆ ਇਹਦੇ ਪ੍ਰਾਇਮਰੀ ਹੈਡੈਕਸ ਜਿਹੜੇ ਕਿ ਟਾਈਪਸ ਤੇ ਹੁੰਦੇ ਨੇ ਸੋ ਕਲਸਟਰ ਹੈਡੈਕ ਉਸੇ ਤਰ੍ਹਾਂ ਸੇਮ ਮਾਈਗਰੇਨ ਨੂੰ ਪ੍ਰੇਜ਼ੈਂਟ ਕਰਦਾ ਹੈ ਇਹ ਮੇਲਸ ਤੋਂ ਜ਼ਿਆਦਾ ਕਾਮਨ ਹੁੰਦਾ ਹੈ ਸੋ ਜਦੋਂ ਪ੍ਰੇਜ਼ੈਂਟ ਕਰਦਾ ਹੈ ਬਟ ਇਹਦਾ ਇੱਕ ਡਿਫਰੈਂਸ ਹੁੰਦਾ ਹੈ ਕਿ ਈਵਨ ਅਗਰ ਤੁਸੀਂ ਮਾਈਗਰੇਨ ਦੇ ਵਿੱਚ ਜਿੱਦਾਂ ਪੇਸ਼ੈਂਟ ਨੂੰ ਕੋ ਲਾਈਟ ਆਫ ਕਰਕੇ ਟੇਕ ਦਾ ਮੈਡੀਸਨ ਐਂਡ ਸਲੀਪ ਉਹ ਠੀਕ ਹੋ ਜਾਏਗਾ ਬਟ ਕਲਸਟਰ ਹੈਡੈਕ ਕਿਦਾਂ ਦਾ ਫੈਡਿਕ ਹੁੰਦਾ ਉਹ ਵੀ ਸਾਈਡ ਲੌਕਡ ਹੈ ਇੱਕ ਸਾਈਡ ਦਾ ਹੋਏਗਾ ਹੈਮੀਕ੍ਰੈਨੀਅਲ ਜਿਹਨੂੰ ਅਸੀਂ ਕਿੰਨੇ ਇੱਕ ਸਾਈਡ ਅੱਧਾ ਸਰਦ ਹੈ ਉਹ ਵੀ ਕਿੱਦਾਂ ਸਰਦ ਹੈ ਸੋ ਇੱਕ ਮਿਸਕਨਸੈਪਸ਼ਨ ਨਹੀਂ ਲੋਕਾਂ ਨੂੰ ਹੋਣਾ ਚਾਹੀਦਾ ਕਿ ਅੱਧਾ ਸਰਦ ਸਿਰਫ ਮਾਈਗਰੇਨ ਹੀ ਹੁੰਦਾ ਹੈ ਇਹ ਕਲਸਟਰ ਹੈਡੈਕ ਵੀ ਪ੍ਰੈਜ਼ੈਂਟ ਕਰ ਸਕਦਾ ਹੈ ਉਹ ਜਦੋਂ ਸ਼ੁਰੂ ਹੁੰਦਾ ਹੈ ਮੇਲਸ ਦੇ ਵਿੱਚ ਉਹ ਇੰਨਾ ਖਤਰਨਾਕ ਹੈਡੈਕ ਹੁੰਦਾ ਹੈ ਕਿ ਜੇ ਪੇਸ਼ੈਂਟ ਨੂੰ ਬੈਠਣ ਨੂੰ ਉਹਨੂੰ ਬੈਠਣ ਨਹੀਂ ਦਿੰਦਾ ਉਹ ਸਾਰੇ ਰੂਮ ਚ ਚੱਕਰ ਮਾਰੂਗਾ ਐਦਾਂ ਨੂੰ ਇਹਨੂੰ ਆਈਸਪਿਕ ਹੈਡੈਕ ਕਹਿੰਦੇ ਆ ਕਈ ਵਾਰ ਐਦਾਂ ਲੱਗਦਾ ਕਿ ਉਹ ਆਪਣਾ ਸ ਸ਼ੁਰੂ ਹੋ ਦੇਗਾ ਨੈਸਲ ਸਟਫਨੈਸ ਕਹਿੰਦੇ ਆ ਸੋ ਨੈਸਲ ਕੰਜੈਕਸ਼ਨ ਕਹਿੰਦੇ ਆ ਸਭ ਕੁਝ ਫੈਕਟਰਸ ਨੇ ਕਲਸਟਰ ਹੈਡੈਕ ਦੇ ਮੂਡ ਆਫ ਮੈਨੇਜਮੈਂਟ ਦੋਨਾਂ ਦਾ ਅੱਡ ਹੈ ਦੋਨਾਂ ਦਾ ਡਿਫਰੈਂਸ ਹੈ ਸੋ ਡਾਇਗਨੋਸ ਕਰਨਾ ਤੇ ਉਹਨੂੰ ਟਰੀਟ ਕਰਨਾ ਇਟ ਇਜ਼ ਵੈਰੀ ਇੰਪੋਰਟੈਂਟ ਸੋ ਇਹ ਦੋ ਤਰ੍ਹਾਂ ਦੇ ਮੇਨ ਹੈਡੈਕ ਨੇ ਦੇਖਣ ਨੂੰ ਜੋ ਬਹੁਤ ਕਾਮਨਲੀ ਮਿਲਦੇ ਨੇ ਉਪਰ ਵਿੱਚ ਕੀ ਮਾਈਗਰੇਨ ਤੇ ਕਲਸਟਰ ਹੈਡੈਕ ਸੋ ਇਹਨੂੰ ਇਹਦੇ ਕਾਰਨ ਕੀ ਨੇ ਸਭ ਤੋਂ ਪਹਿਲਾਂ ਤੇ ਸਟ੍ਰੈਸ ਇੰਡਿਊਸਡ ਜਦੋਂ ਕੋਈ ਉਹ ਏਜ ਦੀ ਕੋਈ ਵੀ ਹੋ ਸਕਦੀ ਹੈ ਬੱਚਿਆਂ ਤੋਂ ਲੈ ਕੇ ਬੁੜਾ ਅਪੇ ਤੱਕ ਮਾਈਗਰੇਨ ਹੁੰਦੇ ਚਾਂਸਸ ਹੁੰਦੇ ਨੇ ਸੋ ਸਟਾਰਟ ਫਰੋਮ ਪੀਡੀਆਟ੍ਰਿਕ ਗਰੁੱਪ ਟੂ ਲਾਈਕ ਅ 올ਡਰ ਏਜ ਤੱਕ ਸੋ ਇਹਨੂੰ ਕਈ ਹੁੰਦਾ क्रोनिक ਮਾਈਗਰੇਨ ਕਈ ਹੁੰਦਾ ਐਕਿਊਟ ਮਾਈਗਰੇਨ लेस देन 4 ਵੀਕਸ ਜਾਂ ਮੋਰ ਥਨ 4 ਵੀਕਸ ਸੋ ਆਪਾਂ ਨੂੰ क्रोनिक ਹੈਡੈਕ ਚ ਵੀ ਕਲਾਸੀਫਾਈ ਕਰ ਸਕਦੇ ਆ ਫਿਰ ਜਦੋਂ ਮਾਈਗਰੇਨ ਦੀ ਹੁੰਦਾ ਕਿਉਂ ਹੈ ਬ੍ਰੇਨ ਦੇ ਵਿੱਚ ਨਿਊਰੋਟ੍ਰਾਂਸਮਿਟਰਸ ਮੋਡੀਫਾਈ ਕਰਦੇ ਪਏ ਨੂੰ ਜਦੋਂ ਕਿਸੇ ਨੂੰ ਸਟ्रेस ਹੋਇਆ ਜਾਂ ਪੇਸ਼ੈਂਟ ਨੇ ਇਹੋ ਜੀ ਲਾਈਫ ਚੱਲ ਰਹੀ ਨੂੰ ਪਹਿਲਾਂ ਟ੍ਰੈਂਡੈਂਸੀ ਹੈ ਫੈਮਲੀ ਇਸ ਚ ਰਨ ਕਰ ਰਿਹਾ ਮਾਈਗਰੇਨ ਕੋਈ ਫੀਮੇਲ ਹੋ ਦੀ ਫੈਮਲੀ ਹਿਸ ਫੀਮੇਲ ਸੌਟ ਆਉਂਦੀ ਹੈ ਜਾਂ 25 ਤੋਂ 35 ਦੀ এজ ਦੇ ਵਿੱਚ ਸਰਕੋ ਫੀਮੇਲ ਆਉਂਦੀ ਹੈ ਉਹਨੂੰ ਇਹੋ ਜਿਹੇ ਸਿੰਪਟਮਸ ਆਉਂਦੇ ਹੈਡੈਕ ਸ਼ੁਰੂ ਹੋਇਆ ਪੇਨ ਦੇ ਜਿਹੜੇ ਮੀਡੀਏਟਰਸ ਹੁੰਦੇ ਨੇ ਜਿਹਨੂੰ ਆਪਾਂ ਨਿਊਰੋ ਇਨਫਲੇਮੇਟਰੀ ਮੀਡੀਏਟਰਸ ਕਹਿੰਦੇ ਆ ਉਹ ਐਕਟੀਵੇਟ ਹੋ ਜਾਂਦੇ ਨੇ ਸੋ ਟ੍ਰਾਈਜੈਮినੋ ਵੈਸਕੂਲਰ ਸਿਸਟਮ ਸਾਡੀ ਲੈਂਗੁਏਜ ਵਿੱਚ ਕਹਿੰਦੇ ਆ 5ਥ ਨਰਵ ਜਿਹੜੀ ਹੁੰਦੀ ਹੈ ਉਹਦੇ ਨਾਲ ਕਨੈਕਸ਼ਨ ਹੁੰਦਾ ਹੈ ਇਹਦਾ ਟ੍ਰਾਈਜੈਮినੋ ਵੈਸਕੂਲਰ ਸਿਸਟਮ ਜਿਹੜੇ ਕੀ ਪੇਨ ਨੂੰ ਮੀਡੀਏਟ ਕਰਦਾ ਹੈ ਉਸ ਪੇਨ ਦੇ ਮੀਡੀਏਟਰਸ ਜਿਹੜੇ ਬ੍ਰੇਨ ਦੇ ਵਿੱਚ ਪ੍ਰੋਡਿਊਸ ਹੁੰਦੇ ਨੇ ਜਿ ਪ੍ਰੈਡਿਕੈਂਟ ਨਿਊਰੋਟ੍ਰਾਂਸਮਿਟਰ ਆਪਾਂ ਯੂਜ਼ ਕਰਦੇ ਆਂ ਆਪਣੀ ਲੈਂਗੁਏਜ ਦੇ ਵਿੱਚ ਇਹ ਮੀਡੀਏਟ ਕਰਦੇ ਪੇਨ ਨੂੰ ਸੋ ਇਸ ਕਰਕੇ ਪੇਸ਼ੈਂਟ ਨੂੰ ਮਾਈਗਰੇਨ ਹੁੰਦਾ ਸੋ ਇਹਨੂੰ ਟ੍ਰੀਟ ਕਰਨਾ ਬਹੁਤ ਜ਼ਰੂਰੀ ਹੈ ਜਿੱਦਾਂ ਮੈਂ ਪਹਿਲਾਂ ਦੱਸਿਆ ਅਗਰ ਨਹੀਂ ਟ੍ਰੀਟ ਕਰਾਂਗੇ ਅਲਟੀਮੇਟਲੀ ਇਟਸ ਐਨ ਮੈਡੀਕਲ ਐਮਰਜੈਂਸੀ ਇਹ ਐਮਰਜੈਂਸੀ ਚਲਾ ਜਾਂਦਾ ਫਿਰ ਪੇਸ਼ੈਂਟ ਬੀਪੀ ਫਾਲ ਹੋ ਗਿਆ ਡੈਫੀਨਿਟਲੀ ਯੂ ਹੈਵ ਟੂ ਗਿਵ ਦਾ ਆਈਵੀ ਫਲੂਇਡਸ ਆਪਾਂ ਨਹੀਂ ਦਵਾਂਗੇ ਪੇਸ਼ੈਂਟ ਨੂੰ ਹੈਡਿਕ ਵੀ ਨਹੀਂ ਠੀਕ ਹੋਣਾ ਵੋਮਟਿੰਗ ਲਗਾਤਾਰ ਕੀਤਾ ਡੀਹਾਈਡਰੇਸ਼ਨ ਕਰਕੇ ਬਾਕੀ ਕੰਪਲਿਕੇਸ਼ਨ ਸ਼ੁਰੂ ਹੋ ਸਕਦੀ ਹੈ ਹਾਂ ਸੋ ਮਾਈਗ੍ਰੇਨ ਦੇ ਐਂਟੀ ਮਾਈਗ੍ਰੇਨ ਡਰੱਗਸ ਸਭ ਤੋਂ ਪਹਿਲਾਂ ਤੂੰ ਆਪਾਂ ਸ਼ੁਰੂ ਕਰਦੇ ਹਾਂ ਜਦੋਂ ਆਪਾਂ ਨਾਰਮਲ ਪੇਨ ਕਿਲਰਸ ਕਰ ਕਿਸੇ ਕੋ ਡਿਸਪਰਿੰਟ ਪਈ ਹੈ ਉਹਨਾਂ ਮਾਈਗ੍ਰੇਨ ਨੂੰ ਇਫੈਕਟਿਵ ਇੰਨਾ ਨਹੀਂ ਆਏਗਾ ਇੱਕ ਡਰੱਗ ਆਫ ਚੋਇਸ ਆਪਾਂ ਯੂਜ਼ ਕਰਦੇ ਨੇ ਪ੍ਰੋਕਸਨ ਸੋਡੀਅਮ ਸੋ ਆਪਾਂ ਨੇ ਪ੍ਰੋਕਸਨ ਸੋਡੀਅਮ ਪੇਸ਼ੈਂਟ ਨੂੰ ਦਿੰਨੇ ਆ ਪੇਸ਼ੈਂਟ ਨੂੰ एसओएस ਉੱਪਰ ਯੂਜ਼ ਕਰਦੇ ਆਂ ਐਜ਼ ਇਫ ਰਿਕੁਆਇਰਡ ਪੇਸ਼ੈਂਟ ਯੂਜ਼ ਕਰਦੇ ਆਂ ਸ਼ਾਰਟ ਟਰਮ ਟ੍ਰੀਟਮੈਂਟ ਦਾ ਨਿਆਣਾ ਦੀ ਨਹੀਂ ਤੇ ਆਪਾਂ ਕੁਝ ਇਹੋ ਜਿਹੇ ਡਰੱਗਸ ਯੂਜ਼ ਕਰਦੇ ਆਂ ਜਿਨ੍ਹਾਂ ਦੇ ਕਰਕੇ ਪੇਸ਼ੈਂਟ ਥੋੜੀ ਸੇਡੇਸ਼ਨ ਰਹੇ ਕਿ ਥੋੜਾ ਜਿਹਾ ਪੇਸ਼ੈਂਟ ਸਿਲੇਟਡ ਰਹੇ ਤਾਂ ਕਿ ਉਹਨੂੰ ਉਸ ਉਸ ਔਰਾ ਜਿਹੜਾ ਮਾਈਗ੍ਰੇਨ ਦਾ ਔਰਾ ਜਾਂ ਅਟੈਕ ਉਹ ਥੋੜਾ ਕੱਟ ਹੋ ਜਾਏ ਸੋ ਉਸ ਤੋਂ ਬਾਅਦ ਪੇਸ਼ੈਂਟ ਨੂੰ ਫਿਰ ਆਪਾਂ ਪ੍ਰੋਫਿਲੈਕਸਿਸ ਤੇ ਪਾ ਦਿੰਨੇ ਆ ਮੇਬੀ ਫਾਰ 2 ਮੰਥਸ ਮੇਬੀ ਫਾਰ 3 ਮੰਥਸ ਡਿਪੈਂਡਿੰਗ ਔਨ ਕਿ ਪੇਸ਼ੈਂਟ ਦਾ ਕਿਸ ਟਾਈਪ ਦਾ ਮਾਈਗਰੇਨ ਹੈ क्रोनिक ਹੈ ਕਿ ਐਕਿਊਟ ਹੈ ਜਾਂ ਕਲਸਟਰ ਹੈ ਕਿ ਐਕਿਊਟ ਹੈ ਕਿ क्रोनिक चल ਰਿਹਾ ਉਹਨੂੰ ਸੋ ਉਸ ਡਿਫਾਈਨ ਕਰਕੇ ਉਸ ਨੂੰ ਆਪਾਂ ਫਿਰ ਆਪਾਂ ਅਵੋਇਡ ਕਰ ਉਹਨੂੰ ਮੈਡੀਸਿਨ ਐਡ ਕਰ ਸਕਦੇ ਹਾਂ ਕਿ ਕਿੰਨੇ ਤੱਕ ਕਿੰਨੀ ਦੇਰ ਤੱਕ ਉਹਨੂੰ ਦੇਣੀ ਹੈ ਡਿਪੈਂਡਸ ਓਨ ਦਾ ਟਾਈਪ ਆਫ ਦਾ ਪਰਸਨ ਆਲਸੋ ਪਰਸਨੈਲਿਟੀ ਉਹਦਾ ਦੀ ਕਿੱਦੀ ਉਹਦੀ ਲਾਈਫ ਕਿਦਾਂ ਸਟ੍ਰੈਸਫੁਲ ਲਾਈਫ ਹੈ ਜਾਂ ਨੋਰਮਲ ਲਾਈਫ ਹੈ ਵੈਦਰ ਹੀ ਲੀਡ ਕਰ ਸਕਦਾ ਨੋਰਮਲ ਲਾਈਫ ਕਿ ਨਹੀਂ ਸੋ ਆਪਾਂ ਐਂਟੀ ਮਾਈਗਰੇਨ ਡਰੱਗਸ ਜਾਂ ਐਂਟੀ ਕਲਸਟਰ ਹੈਡੈਕ ਡਰੱਗਸ ਉਹਨੂੰ ਦੇ ਕੇ ਟਰੀਟ ਕਰਦੇ ਆਪਾਂ ਮੋਸਟਲੀ ਜੋ ਮੋਸਟ ਕਾਮਨਲੀ ਆਪਾਂ ਬੀਟਾ ਬਲੋਕਰਸ ਕਹਿੰਦੇ ਆ ਸਡੀ ਲੈਂਗੁਏਜ ਪ੍ਰੋਪਰਨਲ ਡਰੱਗ ਇਟ ਇਜ਼ ਅ ਡਰੱਗ ਆਫ ਚੋਇਸ ਆਪਾਂ দেন ਐ ਲੋ ਡੋਸ ਪ੍ਰੋਪਨੇਲੋਲ ਇਜ਼ ਅ ਮਿਸਕਨਸੈਪਸ਼ਨ ਕਿ ਇਸ ਨੂੰ 20 ਮਿਲੀਗ੍ਰਾਮ ਦਵਾਂਗੇ ਉਹਨਾਂ ਮਾਈਗਰੇਨ ਦਾ ਫਰਕ ਨਹੀਂ ਪੈਣਾ ਯੂ ਹੈਵ ਟੂ ਗਿਵ ਹਾਈ ਡੋਸ 40 ਟੂ 200 ਮਿਲੀਗ੍ਰਾਮ ਇਜ਼ ਦਾ ਮੈਕਸਿਮਮ ਡੋਸ ਯੂ ਕੈਨ ਗੋ ਸਟਾਰਟ ਫਰਮ 40 ਗੋ ਅਪ ਟੂ 80 80 ਤੱਕ ਪੇਸ਼ੈਂਟ ਸਟੇਬਲ ਹੋ ਜਾਂਦਾ ਸੋ ਥੀਸ ਆਰ ਦਾ ਕਾਮਨ ਥਿੰਗਸ ਐਂਡ ਸਿਮਿਲਰਲੀ ਕਲਸਟਰ ਹੈਡਿਕ ਦੇ ਵਿੱਚ ਵੀ ਹੈਵ ਟੂ ਗਿਵ ਦਾ ਲੌਂਗ ਟਰਮ ਆਕਸੀਜਨ ਥੈਰੇਪੀ ਕਲੇਸ਼ਨ ਨੂੰ ਕਲਸਟਰ ਹੈਡਿਕ ਨੂੰ ਆਕਸੀਜਨ ਥੈਰੇਪੀ ਦੇਣੀ ਪੈਂਦੀ ਆਕਸੀਜਨ ਥੈਰੇਪੀ ਤੁਸੀਂ ਪੁੱਛੋਗੇ ਕਿੱਦਾਂ ਦਵਾਂਗੇ ਡੈਫੀਨਿਟਲੀ ਹੀ ਹੈਜ਼ ਟੂ ਬੀ ਹਸਪਿਟਲਾਈਜ਼ ਫਾਰ 15 ਟੂ 20 ਮਿੰਟਸ ਉਹਨੂੰ ਉਹਨੂੰ ਪੇਸ਼ੈਂਟ ਨੂੰ ਅਸੀਂ ਚੇਅਰ ਤੇ ਬਿਠਾ ਕੇ ਲੀਨ ਫਾਰਵਰਡ ਕਰਕੇ ਪੇਸ਼ੈਂਟ ਨੂੰ 15 ਤੋਂ 20 ਮਿੰਟਸ ਹਾਈ ਫਲੋ ਆਕਸੀਜਨ ਦੇਣੀ ਪੈਂਦੀ ਜਿੱਦਾਂ ਪੇਸ਼ੈਂਟ ਕੋਲ ਰੈਸਪੀਰੇਟਰੀ ਪ੍ਰੋਬਲਮਸ ਹੈ ਦੇਣੀ ਪੈਂਦੀ ਹੈ ਇਟਸ ਅ ਵੈਰੀ ਗੁੱਡ THING ਕਿ ਪੇਸ਼ੈਂਟ ਲੋਕਾਂ ਨੂੰ ਨਹੀਂ ਪਤਾ ਹੁੰਦਾ ਕਿ ਆਕਸੀਜਨ ਥੈਰੇਪੀ ਦਾ ਹੈਡੈਕ 'ਚ ਵੀ ਰੋਲ ਹੈ ਡੈਫੀਨਿਟਲੀ ਇਹਨੂੰ ਹਾਈ ਫਲੋ ਆਕਸੀਜਨ ਕਿੰਨੇ ਹੈ 12 ਤੋਂ 15 ml ਪਰ ਮਿੰਟ ਦਾ ਸਾਬਨਨ ਆਕਸੀਜਨ ਦਿੰਨੇ ਆ ਸੋ ਹਾਈ ਫਲੋ ਆਕਸੀਜਨ ਦਵਾਂਗੇ ਤੇ ਪੇਸ਼ੈਂਟ ਦਾ ਹੈਡੈਕ ਉਸ ਟਾਈਮ ਅਬੋਟ ਹੋ ਜਾਂਦਾ ਨਾਲ ਕੁਝ ਐਂਟੀਕਲਸਟਰ ਹੈਡੈਕ ਪ੍ਰੋਫਿਲੈਕਸਿਸ ਲਈ ਅਪਾ ਲੀਥੀਅਮ ਯੂਜ਼ ਕਰਦੇ ਹਾਂ ਬਹੁਤ ਕਾਮਨਲੀ ਲੀਥੀਅ ਚੈਨਲਸ ਹੁੰਦੇ ਆ ਉਹਨੂੰ ਬਲੌਕ ਕਰ ਦੀਸ ਆ ਦਾ ਸਮ ਆਫ ਦਾ ਡਰਗਸ ਜਿਹੜੇ ਆਪਾਂ ਕਲਸਟਰ ਹੈਡੈਕ ਚ ਯੂਜ਼ ਕਰਦੇ ਸੋ ਇਨ ਸ਼ਾਰਟ ਵਾਟ ਆਈ ਮੀਨ ਟੂ ਸੇ ਇਸ ਕਿ ਟਾਈਪ ਆਫ ਹੈਡੈਕ ਇਜ਼ ਵੈਰੀ ਇੰਪੋਰਟੈਂਟ ਟੂ ਕਲਾਸੀਫਾਈ ਐਂਡ ਟੂ ਸੀ ਵਾਟ ਇਜ਼ ਇਟ ਕਈ ਵਾਰ ਪੇਸ਼ ਨੂੰ 슬ੀਪ ਹੈਡੈਕ ਹੁੰਦਾ ਐਕਸਸ 슬ੀਪ ਲਈ ਉਹਦੇ ਕਰਕੇ ਹੈਡੈਕ ਸ਼ੁਰੂ ਹੋ ਜਾਂਦਾ ਹੈ 슬ੀਪ ਡਿਪਰਾਈਵਡ ਹੈਡੈਕ ਸ਼ੁਰੂ ਹੋ ਜਾਂਦਾ ਹੈ ਪੇਸ਼ੈਂਟ ਐਕਸਸ ਕੌਫ ਹੁੰਦਾ ਇਹ ਸਾਰੇ ਕੌਫ ਹੈਡੈਕ ਹੁੰਦੀ ਆ ਦੀਸ ਆ ਸੈਕੰਡਰੀ ਹੈਡੈਕਸ ਜਿੱਦਾਂ ਆਪਾਂ ਮਾਈਗਰੇਨ ਤੇ ਕਲਸਟਰ ਹੈਡੈਕ ਪ੍ਰਾਇਮਰੀ ਹੈਡੈਕਸ ਬਾਰੇ ਡਿਸਕ੍ਰਾਈਬ ਕੀਤਾ ਥੀਸ ਆਰ ਸਮ ਆਫ ਦਾ ਸੈਕੰਡਰੀ ਹੈਡਿਕਸ ਇਹ ਵੀ ਪਤਾ ਹੋਣੇ ਚਾਹੀਦੇ ਨੇ ਕਿ ਪੇਸ਼ੈਂਟ ਨੂੰ ਕੋਈ ਰੇਸਟ ਪ੍ਰੈਸ਼ਰ ਵਧਿਆ ਬ੍ਰੇਨ ਦਾ ਰੇਸ ਇੰਟਰਕ੍ਰੈਨੀਅਲ ਟੈਨਸ਼ਨ ਹੁਣ ਕੋਈ ਬ੍ਰੇਨ ਟਿਊਮਰ ਠੀਕ ਹੈ ਕੋਈ ਉਸ ਕਰਕੇ ਉਹਨੂੰ ਬ੍ਰੇਸਟ ਆਈਸੀਪੀ ਹੋ ਗਿਆ ਇੰਟਰਕ੍ਰੈਨੀਅਲ ਪ੍ਰੈਸ਼ਰ ਵਧ ਗਿਆ ਜਾਂ ਕੋਈ ਬ੍ਰੇਨ ਇਨਫੈਕਸ਼ਨ ਆਉਦੇ ਕਰਕੇ ਵਧ ਥੀਸ ਆਰ ਸੈਕੰਡਰੀ ਹੈਡਿਕਸ ਜਿਨ੍ਹਾਂ ਦਾ ਮੋਡ ਆਫ ਮੈਨੇਜਮੈਂਟ ਅੱਡ ਸੋ ਟਾਈਪ ਆਫ ਹੈਡਿਕ ਤੋਂ ਨੂੰ ਕਲਾਸੀਫਾਈ ਕਰਨਾ ਤੇ ਟਰੀਟ ਕਰਨਾ ਥੈਟ ਇਜ਼ ਦਾ ਫਰਸਟ ਥਿੰਗ ਵਾਟ ਵੀ ਸ਼ੁੱਡ ਡੂ ਨਾਰਮਲੀ ਬਹੁਤ ਵਧੀਆ ਡਾਕਟਰ ਸਾਹਿਬ ਤੁਸੀਂ ਬਹੁਤ ਹੀ ਜ਼ਿਆਦਾ ਡਿਟੇਲ ਜਿਹੜੀ ਉਹ ਜਾਣਕਾਰੀ ਦਿੱਤੀ ਹੈ ਹੈਡੈਕ ਦੇ ਉੱਪਰ ਤੇ ਡਾਕਟਰ ਸਾਹਿਬ ਇਹਦੇ ਵਿੱਚ ਇੱਕ ਮੇਰਾ ਸਵਾਲ ਸੀਗਾ ਕਿ ਜਿਹੜੀ ਸਟ्रेस ਹੈ ਨਿਊਰੋਲੋਜੀਕਲ ਜਿਹੜੇ ਡਿਸਆਰਡਰਸ ਨੇ ਉਹ ਕਿਹੜੇ ਕਿਹੜੇ ਹੈਗੇ ਤੇ ਉਹਨਾਂ ਦਾ ਟ੍ਰੀਟਮੈਂਟ ਕਿਸ ਤਰ੍ਹਾਂ ਹੋ ਸਕਦਾ ਹੈ ਉਹਦੇ ਬਾਰੇ ਪਲੀਜ਼ ਤੁਸੀਂ ਕੁਝ ਦੱਸੋ सो स्ट्रैस इज़ वेरी कॉमन इन अवर कॉमन लाइफ सो स्ट्रैस के न रिलटेड मोस्ट कॉमन वन आप ऑलरेडी डिसकस कर चुके हैंडिक सो स्ट्रैस इंड्यूस हैड एक टेंशन हैडिक कहने टेंशन टाइप हैड एक अनदर सैकेंडरी हैडिक है टेंशन टाइप हैडिक एलडरली लेडीज होएगा पेशेंट इदा आएगा जिदा एक रस्सा बनया सिर दिला इट लाइक अ स्टार्ट इतों रस्सा पिछु शुरू हो गया किसी ने जिदा शरीर एक ਇੱਕ ਰੋਪ ਬੰਨੀ ਹੋਈ ਮੇਰੇ ਹੈੱਡ ਦੇ ਲੱਗੇ ਇਟ ਇਸ ਕਾਲਡ ਟੈਨਸ਼ਨ ਟਾਈਪ ਹੈਡਿਕ ਸੋ ਵਨ ਇਜ਼ ਦਾ ਹੈਡਿਕ ਸੈਕਿੰਡ ਹੈ ਸਟ्रेस ਨਾਲ ਰਿਲੇਟਿਡ ਆਪਾਂ ਨੂੰ ਐਪੀਲੈਪਸੀ ਹੋਣ ਦੇ ਚਾਂਸ ਹੁੰਦੇ ਆ ਲਗਾਤਾਰ ਸਟ्रेस ਲਵਾਂਗੇ ਪੇਸ਼ੈਂਟ ਨੂੰ ਐਪੀਲੈਪਸੀ ਹੋਣ ਦਾ ਖਤਰਾ ਵੱਧ ਜਾਂਦਾ ਹੈ ਨਿਊਰੋ ਇੰਬੈਲੈਂਸ ਹੋ ਜਾਂਦਾ ਹੈ ਕਿਹਦੇ ਵਿੱਚ ਨਿਊਰੋਟ੍ਰਾਂਸਮਿਟਰਸ ਦੇ ਵਿੱਚ ਜਾਂ ਆਪਾਂ ਕਹਿ ਸਕਦੇ ਹਾਂ ਕਿ ਇਮੀਡੀਏਟਲੀ ਪੇਸ਼ੈਂਟ ਨੂੰ ਕੋਈ ਟੈਂਡੈਂਸੀ ਸੀ ਉਹਦੀ ਫੈਮਿਲੀ ਇਸ ਚ ਰਨ ਕਰ ਰਹੀ ਸੀ ਐਪੀਲੈਪਸੀ ਉਹਨੂੰ ਪਹਿਲਾਂ ਐਪੀਲੈਪਸੀ ਨਹੀਂ ਯੂਨ ਸਟ੍ਰੈਸ ਹੋਇਆ ਸਟ੍ਰੈਸ ਨੇ ਪ੍ਰੋਵੋਕ ਹੋ ਗਈ ਮੇਬੀ ਉਹਦੀ ਡਿਊਰੇਸ਼ਨ ਲੌਂਗ ਟਰਮ ਨਹੀਂ ਹੋਏਗੀ ਟ੍ਰੀਟਮੈਂਟ ਦੀ ਬਟ ਇਕਵਰੀ ਪੇਸ਼ੈਂਟ ਨੂੰ ਪੈਨਿਕ ਹੋਣ ਦਾ ਖਤਰਾ ਹੋ ਜਾਂਦਾ ਕਿ ਆ ਉਹਨੂੰ ਪੈਨਿਕ ਹੋ ਗਿਆ ਹੈ ਮੈਨੂੰ ਐਪੀਲੈਪਸੀ ਹੋਈ ਜਾਂ ਮੈਨੂੰ ਸਟ੍ਰੋਕ ਕੋਈ ਸੀਜ਼ਰ ਹੋਇਆ ਨੋ ਸੋ ਇਟ ਹੈਸ ਟੂ ਬੀ ਅਵਾਇਡਡ ਸਟ੍ਰੈਸ ਸੈਕਿੰਡ ਥਰਡ ਹੈ ਸਟ੍ਰੈਸ ਰਿਲੇਟਿਡ ਡਿਮੈਂਸ਼ੀ ਲੋ ਲੋ ਡੋਸ ਆਪਾਂ ਲੋ ਸਟ्रेस ਲਵਾਂਗੇ ਤੇ ਉਹਦੇ ਨਾਲ ਆਪਾਂ ਨੂੰ ਡਿਮੈਂਸ਼ੀਆ ਹੋਣ ਦਾ ਖਤਰਾ ਘੱਟ ਹੁੰਦਾ ਫਿਰ ਇਟ ਇਜ਼ ਰਿਵਰਸੀਬਲ ਆਪਾਂ ਸਟ्रेस ਨੂੰ ਅਵੋਇਡ ਕਰਦੇ ਹਾਂ ਪ੍ਰੈਸੀਪਿਟੇਟਿੰਗ ਫੈਕਟਰ ਸਟ्रेस ਤੇ ਸੋ ਡਿਮੈਂਸ਼ੀਆ ਕੈਨ ਬੀ avoided if you reduce the stress in your common life so depression depression is another common you laga the stress lende ho you can go into mood disorders okay mood personality disorders behavior abnormalities both common ho jandiyan patient de vich so fir borderline personality disorders different type of personality disorders patient develop kare fir ussi tarah hi he has to lead the life ਐਗੀਟੇਸ਼ਨ ਹੋਣਾ ਉਹਨੂੰ ਕਿਸੇ ਨਾਲ ਲੜਨਾ ਝਗੜਨਾ ਸੋ ਥੀਸ ਆਰ ਦਾ ਕਾਮਨ ਫੈਕਟਰਸ ਜਿਸ ਨੂੰ ਆਪਾਂ ਐਂ ਥੀਸ ਲੀਡ ਟੂ ਦਾ ਫਰਦਰ ਕੰਸੀਕਵੈਂਸਸ ਮੇਬੀ ਮੈਡੀਕਲ ਪ੍ਰੋਬਲਮ ਸ਼ੁਰੂ ਹੋ ਜਾਂ ਸਟ्रेस ਨਾਲ ਹਾਈਪਰਟੈਂਸ਼ਨ ਸ਼ੁਰੂ ਹੋ ਜੇ ਠੀਕ ਹੈ ਹਾਈਪਰਟੈਂਸ਼ਨ ਹੋਏਗਾ ਫਿਰ ਅਗੋ ਸਟ੍ਰੋਕ ਹੋਣ ਦਾ ਚਾਂਸ ਵੱਧੇਗਾ ਸੋ ਥੀਸ ਆਰ ਦਾ ਸਮ ਆਫ ਦਾ ਫੈਕਟਰਸ ਬਹੁਤ ਕਾਮਨਲੀ ਸਟ्रेस ਨਾਲ ਰਿਲੇਟਡ ਨੇ ਐਂਡ ਇਟ ਹੈਜ਼ ਟੂ ਬੀ ਅਵੋਇਡਡ ਇਨ ਅ ਸ਼ਾਰਟ ਟਾਈਮ ਓਨਲੀ ਥੈਂਕ ਯੂ ਸੋ ਮੈਡ ਡਾਕਟਰ ਸਾਹਿਬ ਤੁਸੀਂ ਬਹੁਤ ਹੀ ਅੱਜ ਜਿਹੜੀ ਹੈ ਉਹ ਡਿਟੇਲ ਜਿਹੜੀ ਇਨਫੋਰਮੇਸ਼ਨ ਜਨਤਾ ਨੂੰ ਦਿੱਤੀ ਹੈ ਦਰਸ਼ਕਾਂ ਨੂੰ ਦਿੱਤੀ ਹੈ ਉਮੀਦ ਹੈ ਸਾਰੀ ਜਾਣਕਾਰੀ ਜਿਹੜੀ ਦਰਸ਼ਕਾਂ ਵਾਸਤੇ ਬਹੁਤ ਹੀ ਬੈਨੀਫੀਸ਼ੀਅਲ ਹੋਏਗੀ ਤੇ ਹੋਰ ਡਾਕਟਰ ਸਾਹਿਬ ਤੁਸੀਂ ਕੁਝ ਇੱਕ ਵਿਸ਼ੇਸ਼ ਮੈਸੇਜ ਕੋਈ ਪਬਲਿਕ ਨੂੰ ਦੇਣਾ ਚਾਹੋਗੇ ਆਪਣੇ ਇਸ ਟ੍ਰੀਟਮੈਂਟ ਨਾਲ ਨਿਊਰੋਲੋਜੀਕਲ ਜਿਹੜੀਆਂ ਸਾਰੇ ਡਿਸਆਰਡਰਸ ਜਾਂ ਸਟੈਸ ਜਾਂ ਹੈਡੈਕ ਦੇ ਨਾਲ ਤੋਂ ਪਲੀਜ਼ 1 ਮਿੰਟ ਦੇ ਵਿੱਚ ਇੱਕ ਤੁਸੀਂ ਪਲੀਜ਼ ਛੋਟਾ ਜਿਹਾ ਮੈਸੇਜ ਕੋਈ ਕਨਵੇ ਕਰੋ ਪਬਲਿਕ ਵਾਸਤੇ ਡੈਫੀਨਿਟਲੀ ਮੈਂ ਸਾਰੇ ਨੂੰ ਇਹੀ ਕਨਵੇ ਕਰਨਾ ਚਾਹਾਂਗਾ ਕਿਉਂਕਿ ਵੈਦਰ ਚੇਂਜ ਹੋ ਰਿਹਾ ਸੋ ਵਾਇਰਲ ਇਨਫੈਕਸ਼ਨਸ ਬਹੁਤ ਕਾਮਨ ਵਧ ਰਹੇ ਨੇ ਵਾਇਰਲ ਇਨਸੈਫਲਾਈਟਿਸ ਜਾਂ ਦਿਮਾਗੀ ਬੁਖਾਰ ਹੋਣ ਦੇ ਖਤਰੇ ਵੱਧ ਜਾਂਦੇ ਸੀਜ਼ਨ ਦੇ ਵਿੱਚ ਕਿਉਂਕਿ ਹਰਪੀਸ ਵਰਗੇ ਵਾਇਰਸ ਐਕਟੀਵੇਟ ਹੋ ਜਾਂਦੇ ਨੇ ਸੋ ਪੇਸ਼ੈਂਟ ਲਗਾਤਾਰ ਜਿਨ੍ਹਾਂ ਨੂੰ ਐਪੀਲੈਪਸੀ ਹੈ ਜਿਨ੍ਹਾਂ ਨੂੰ ਹੈਡੈਕ ਹੈ ਕਾਈਂਡਲੀ ਤੇ ਕਾਈਂਡਲੀ ਇਸ ਵੈਦਰ ਦੇ ਉੱਪਰ ਆਪਣੇ ਆਪ ਨੂੰ ਬਚਾਨ ਜ਼ਿਆਦਾ ਕੋਲਡ ਵੈਦਰ ਤੋਂ ਆਪਣੇ ਆਪ ਨੂੰ ਬਚਾਨ ਟੱਕ ਕੇ ਰੱਖਣ ਹੈਡੈਕ ਨੂੰ ਜ਼ਿਆਦਾ ਪ੍ਰੋਵੋਕ ਨਾ ਹੋਣ ਦਿਨ ਤਾਂਕਿ ਪੇਸ਼ੈਂਟ ਨਾਰਮਲ ਲਾਈਫ ਆਪਣੀ जी सके सो आई विश दैट एवरीबॉडी शुड हैव अ लॉन्ग एंड गुड हेल्दी लाइफ थैंक यू सो मच थैंक यू सो मच डॉक्टर साहब उभीता दर्शकावां से जानकारी बहुत फायदेमंद होएगी uh, जागरूक खरीदे तहत इसी तरह अगो फेर लेके हाजिर होवांगे शहर दे किसी ना किसी प्रमुख डॉक्टर साहब नु ਤੁਹਾਡੇ ਕੋਲ ਤਦ ਤੱਕ ਲਈ ਕਵਲਜੀਤ ਪਿਆਰ ਪਰ ਇਸ ਸਸ਼ਕਾਲ ਪਬਲਿਕ ਦਲਾਸਾ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ थैंक यू सो मच जी ਸਸ਼ਕਾਲ ਜੀ